ਉਹਨਾਂ ਲਈ 5 ਲੱਖ ਸੋਨੇ ਦੇ ਮੈਡਲ ਲਈ 3 ਲੱਖ ਚਾਂਦੀ ਦੇ ਮੈਡਲ ਲਈ 2 ਲੱਖ ਕਾਂਸੀ ਦੇ ਮੈਡਲ ਲਈ ਅਤੇ ਪਾਰਟੀਸਪੇਸ਼ਨ ਦੇ ਵੀ ਪੈਸੇ ਤੁਹਾਡੇ ਸਾਹਮਣੇ ਅਸੀਂ ਬਹੁਤ ਵਾਰੀ ਇਸ ਤਰ੍ਹਾਂ ਦੇ ਫੰਕਸ਼ਨ ਕਰ ਚੁੱਕੇ ਹਾਂ। ਕਾਮਨਵੈਲਥ ਦੇ ਜਿਹੜੇ ਜੇਤੂ ਸੀਗੇ ਭਾਵੇਂ ਉਹ ਹਾਕੀ ਟੀਮ ਹੋਵੇ ਭਾਵੇਂ ਉਹ ਇੰਡੀਵਿਜੁਅਲ ਗੇਮਸ ਹੋਣ ਉਹਨਾਂ ਨੂੰ ਵੀ 50 ਲੱਖ ਰੁਪਈਆ ਸੋਨੇ ਦੇ ਮੈਡਲ ਨੂੰ ਅਤੇ ਉਸ ਤੋਂ ਬਾਅਦ ਚਾਂਦੀ ਅਤੇ ਕਾਂਸੀ ਦੇ ਮੈਡਲਾਂ ਨੂੰ ਅਤੇ ਨਾਲ ਪਾਰਟੀਸਪੇਸ਼ਨ ਦੇ ਵੀ 10 ਲੱਖ ਹੈ ਇੱਥੇ ਕਿ ਇੰਟਰਨੈਸ਼ਨਲ ਗੇਮ ਦੇ ਵਿੱਚ ਤੁਸੀਂ ਪਾਰਟੀਸਪੇਟ ਕੀਤਾ ਇਹਦੇ ਲਈ ਵੀ 10 ਲੱਖ। ਕ੍ਰਿਕਟ ਦੀ ਟੀਮ ਜਿਹੜੀ ਸਾਡੀ ਮਹਿਲਾਵਾਂ ਦੀ ਸੀ ਹਰਮਨਪ੍ਰੀਤ ਅਤੇ ਇੱਕ ਕੁੜੀ ਸਾਡੀ ਪੰਜਾਬ ਦੀ ਦਿਓਲ, ਦੋ ਕੁੜੀਆਂ ਰੀਪ੍ਰਜੈਂਟ ਕਰ ਰਹੀਆਂ ਸੀ ਉਸ ਵਰਲਡ ਕੱਪ ਨੂੰ ਜਿਹੜਾ ਹੋਇਆ ਸੀਗਾ ਉਹਦੇ 'ਚੋਂ ਸੈਕਿੰਡ ਨੰਬਰ 'ਤੇ ਲਏ ਸੀ ਤਾਂ ਅਸੀਂ ਇੰਡੀਵਿਜੁਅਲੀ ਉਹਨਾਂ ਨੂੰ ਪੈਸੇ ਦਿੱਤੇ ਅਤੇ ਇੰਟਰਨੈਸ਼ਨਲੀ ਜਦੋਂ ਹਾਕੀ ਟੀਮ ਨੇ ਚਾਂਦੀ ਦਾ ਮੈਡਲ ਜਿੱਤਿਆ ਤਾਂ ਅਸੀਂ ਬਜਾਏ ਇਸ ਦੇ ਕਿ ਟੀਮ ਨੂੰ ਦੇਈਏ ਜਿੰਨੇ ਪਲੇਅਰ ਪੰਜਾਬ ਦੇ ਸੀ ਸਾਰਿਆਂ ਨੂੰ 40-40 ਲੱਖ ਰੁਪਈਆ ਦਿੱਤਾ ਸੀ, ਨਾ ਕਿ ਟੀਮ ਨੂੰ ਦਿੱਤਾ, ਇੰਡੀਵਿਜੁਅਲੀ ਦਿੱਤੇ ਪੈਸੇ ਦਿੱਤੇ। ਸੋ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਜਿਹੜਾ ਸਪੋਰਟਸ ਦੇ ਵਿੱਚ ਅੱਗੇ ਆਵੇ। ਆਉਣ ਵਾਲੇ ਦਿਨਾਂ 'ਚ ਬਹੁਤ ਸਾਰੇ ਸਟੇਡੀਅਮ, ਬਹੁਤ ਸਾਰੇ ਟਰੈਕ ਬਣ ਰਹੇ ਨੇ, ਪਰ ਪਿਛਲੇ ਦਿਨੀ ਧਰਮਸ਼ਾਲਾ ਦੇ ਵਿੱਚ ਇੱਕ ਪੰਜਾਬ ਦੀ IPL ਟੀਮ ਦਾ ਇੱਕ ਮੈਚ ਸੀਗਾ। ਕੁਦਰਤੀ ਮੈਂ ਵੀ ਉਸ ਵੇਲੇ ਧਰਮਸ਼ਾਲਾ ਗਿਆ ਹੋਇਆ ਸੀਗਾ ਅਤੇ ਮੈਂ ਉੱਥੋਂ ਦੇ ਜਿਹੜੇ ਆਫੀਸ਼ਲਸ ਨੇ ਪੰਜਾਬ ਦੇ ਟੀਮ ਦੇ ਉਹਨਾਂ ਨੇ ਮੈਨੂੰ ਕਿਹਾ ਕਿ ਮੈਚ ਦੇਖਣ ਲਈ ਆਓ ਤਾਂ ਮੈਂ ਉਹ ਮੈਚ ਦੇਖਣ ਲਈ ਜਦੋਂ ਗਿਆ ਤਾਂ ਮੈਨੂੰ ਉੱਥੇ ਇੱਕ ਪਲੇਅਰ ਮਿਲਿਆ। ਇਹ ਗੱਲ ਤੁਹਾਨੂੰ ਸਾਰਿਆਂ ਨੂੰ ਮੈਂ ਦੱਸ ਚੁੱਕਿਆ ਪਹਿਲਾਂ ਕਿ ਉਹਨੇ ਕਿਹਾ ਕਿ ਮੈਂ ਅਫਸਰੀ ਦਾ ਟੈਸਟ ਦਿੱਤਾ ਸੀ, UPSC ਦਾ, ਪਬਲਿਕ ਸਰਵਿਸ ਕਮਿਸ਼ਨ ਦਾ, PPSC ਦਾ, ਪਰ ਮੈਨੂੰ ਸਾਰੇ ਪਾਸਿਓਂ ਬਿਲਕੁਲ ਮੈਂ ਠੀਕ ਸੀ। ਮੈਂ ਉਹਦਾ ਪਲੇਅਰ ਦਾ ਨਾਮ ਦੱਸ ਦੇਣਾ ਤੁਹਾਨੂੰ, ਜਸਇੰਦਰ ਸਿੰਘ। ਇਹ ਕਿੰਗਜ਼ 11 ਪੰਜਾਬ ਦੇ ਵਿੱਚ ਇਹਦੀ ਸ਼ਮੂਲੀਅਤ ਹੈ, ਹਾਲਾਂਕਿ ਪਲੇਇੰਗ 11 'ਚ ਮੌਕਾ ਨਹੀਂ ਮਿਲਿਆ, ਪਰ ਪਲੇਅਰ ਜਿਹੜੇ ਨੇ ਜਿਹੜੇ ਬੈਂਚ ਸਟਰੈਂਥ ਹੁੰਦੀ ਹੈ ਉਹਦੇ ਵਿੱਚ ਹੈ। ਸੋ ਹੌਲੀ ਹੌਲੀ ਪਲੇਇੰਗ 11 ਦੇ ਵਿੱਚ ਵੀ ਆ ਜਾਊਗਾ। ਜਸਇੰਦਰ ਇੱਕ ਡਾਇਰੈਕਟ ਨਹੀਂ ਚੁਣਿਆ ਗਿਆ, ਜਸਇੰਦਰ ਨੇ ਸਪੋਰਟਸ ਡਿਪਾਰਟਮੈਂਟ ਨੇ ਆਪ ਲਿਖਿਆ ਕਿ ਬਹੁਤ ਵਾਰੀ ਪੰਜਾਬ ਨੂੰ ਰੀਪ੍ਰਜੈਂਟ ਕੀਤਾ ਕ੍ਰਿਕਟ ਦੇ ਵਿੱਚ, ਉਹਦੇ 'ਚ ਵਿਜੇ ਮਰਚੈਂਟ ਟਰੋਫੀ ਹੈ, ਉਹਦੇ 'ਚ ਕੂਚ ਬਿਹਾਰ ਟਰੋਫੀ ਹੈ, ਕਰਨਲ CK ਨਾਇਡੂ ਟਰੋਫੀ ਹੈ, ਮੈਨਸ ਅੰਡਰ 23 ਇੰਟਰਸਟੇਟ, ਇਹ ਵਨ ਡੇ ਮੈਚਾਂ ਦੇ ਵਿੱਚ ਵੀ, ਇਸ ਤੋਂ ਇਲਾਵਾ ਇੰਟਰਸਟੇਟ ਸੀਨੀਅਰ ਟੂਰਨਾਮੈਂਟ 'ਚ ਰਣਜੀ ਟਰੋਫੀ ਡਿਊਰਿੰਗ ਕ੍ਰਿਕਟ ਸੀਜ਼ਨ 21-22 ਇਹ ਪ੍ਰਾਪਤੀਆਂ ਨੇ। ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਪੂਰਾ ਡਾਟਾ ਇਹਦਾ ਹੈਗਾ ਕਿ ਇਹਨੇ 2010 ਅਤੇ 2011 'ਚ ਅੰਡਰ 16 'ਚ ਇਹਨੇ ਪੰਜਾਬ ਨੂੰ ਰੀਪ੍ਰਜੈਂਟ ਕੀਤਾ, ਕੂਚ ਬਿਹਾਰ ਦੇ ਵਿੱਚ 14-15 'ਚ, ਅੰਡਰ 19 'ਚ ਕੀਤਾ, ਅੰਡਰ 23 'ਚ ਕੀਤਾ, ਅੰਡਰ 23 'ਚ ਫਿਰ ਦੂਜੀਆਂ ਟਰੋਫੀਆਂ ਜਿਹੜੀਆਂ ਹੁੰਦੀਆਂ ਨੇ ਡੋਮੈਸਟਿਕ ਟੂਰਨਾਮੈਂਟ ਹੁੰਦੇ ਨੇ। ਸੋ ਇੰਟਰਸਟੇਟ ਸੀਨੀਅਰ ਟੂਰਨਾਮੈਂਟ ਫੋਰ ਰਣਜੀ ਟਰੋਫੀ ਡਿਊਰਿੰਗ 22-23। ਸਪੋਰਟਸ ਡਾਇਰੈਕਟੋਰੇਟ ਪੰਜਾਬ ਦਾ ਸਰਟੀਫਿਕੇਟ ਹੈ ਜਿਹਦੇ 'ਚ ਜਸਇੰਦਰ ਨੂੰ ਜਿਹੜਾ ਕ੍ਰਿਕਟ ਦੇ ਵਿੱਚ ਗ੍ਰੇਡੇਸ਼ਨ ਬੀ ਗ੍ਰੇਡੇਸ਼ਨ ਦਿੱਤੀ ਹੋਈ ਹੈ ਪੰਜਾਬ ਸਟੇਟ ਨੇ। ਆਹ ਰੋਲ ਨੰਬਰ ਇਹਦਾ ਜਿਸ ਵੇਲੇ ਐਗਜ਼ਾਮ ਦੇਣਾ ਸੀ, ਰੋਲ ਨੰਬਰ 'ਤੇ ਬਕਾਇਦਾ ਤੌਰ 'ਤੇ ਲਿਖਿਆ ਹੋਇਆ ਜਸਇੰਦਰ ਸਿੰਘ ਵੈਦਵਾਨ, ਫਾਦਰਸ ਨੇਮ ਮਨਜਿੰਦਰ ਸਿੰਘ, ਕੈਟੇਗਰੀ ਸਪੋਰਟਸ ਪਰਸਨ ਪੰਜਾਬ, ਬ੍ਰੈਕਟ ਦੇ ਵਿੱਚ 75, ਇਹ ਸਪੋਰਟਸ ਦਾ ਕੋਡ ਹੈ, ਇਹ ਉਹਦਾ ਰੋਲ ਨੰਬਰ ਦਾ ਆਈ ਕਾਰਡ ਹੈ ਜਿਹਨੂੰ ਦਿਖਾ ਕੇ ਐਗਜ਼ਾਮ ਦਿੱਤਾ ਜਾਂਦਾ ਅੰਦਰ ਐਗਜ਼ਾਮੀਨੇਸ਼ਨ ਸੈਂਟਰ 'ਚ ਤੁਸੀਂ ਪਹੁੰਚਦੇ। ਤਾਂ ਜਸਇੰਦਰ ਨੇ ਮਿਹਨਤ ਕੀਤੀ, ਪੜ੍ਹਾਈ ਦੇ ਵਿੱਚ ਵੀ ਬਹੁਤ ਵਧੀਆ,
मेहनत की तो रिजल्ट आया 198.5 नंबर आए। तो जिहड़ा स्पोर्ट्स परसन पंजाब दा कैटेगरी कोड 75 दा कट ऑफ मार्क्स ने घट तो घट 132.5 ने, फॉर फीमेल इज 131.5। बट पेपर दवाया गया स्पोर्ट्स कोटे च, रिजल्ट दे विच कढ़िया गया जनरल 71। जे स्पोर्ट्स दे विच इस रिजल्ट नूं काउंट किया जाए तो ही इज़ अ टॉपर, इन्हें 198.5 नंबर लए ने। पर जनरल दे विच क्योंकि कट ऑफ ज़्यादा है तो दिल टुट गया, दिल टुट गया तो मिनिस्टर को जाना शुरू हो गया। चीफ मिनिस्टर साहब को गए उस वेले दे कैप्टन अमरिंदर सिंह जी, कैप्टन अमरिंदर सिंह जी दे जिहड़े OSDC कौन सी है, एम पी सिंह, उन्होंने सारा केस कैप्टन साहब नूं पढ़ के सुनाया। मैं तुहानूं वर्ड बाय वर्ड सुनाऊंगा सारा कुछ, मैं झूठ नहीं बोलता, मैं बिना किसी सबूत तो गल नहीं करता। तो वह कहिंदे जी क्रिकेट नूं तां स्पोर्ट्स ही नहीं मनते सी, जिहड़े डिपार्टमेंट वाले ने कहा पीपीएससी कहिंदे क्रिकेट नूं स्पोर्ट्स नहीं मनते सी। तां कैप्टन साहब कहिंदे वी मेरे तां ग्रैंडफादर क्रिकेट खेलते रहे ने, उही तां क्रिकेट नूं लैके आए ने इत्थे, तो स्पोर्ट्स नूं मन्नांगे। तो उन्होंने कहा भी थोड़ा काम बन सकता है, तो उन्होंने गृह मंत्रालय नूं चिट्ठी लिखी कि यह केस नूं कंसिडर किया जाए। थोड़ा दस दिओ जी, इस तों बाद दस दो आराम तुसीं दस्सो ना, कैबिनेट च लिआंदा जावे केस, कि उन्होंने कहा कि अगली कैबिनेट दे विच केस लिआवांगे। आ लैटर है जी, रिहायश से अपनी रिहायश से उन्होंने मिले तो तत्थों की घोख करके तस्दीक शुदा कापियां सरकार को भेजिया जान। इन्हों ये कहा गया कि अगली कैबिनेट के लिया के एलीजिबल जोड़ा केस है ये थोड़ा हो जूगा काम। चा चढ़िया पर कैप्टन साहब बदलते, नौकरी देने ही बदल गया। चलो कोई गल नहीं, चन्नी साहब बन गए सीएम, होर भी ज़्यादा चाह चढ़ गया। हल्का उन्हों का पैंदा, हल्का पैंदा उन्हों का। तां उन्हां कोले गए चन्नी साहब कोले, उत्थे ऐसे जगह ते जाके मैं पुछ रही हां आ जिहड़ा कमरा आ इत्थे खड़े सी, इस तां अंदर मीटिंग हां जी इत्थे मिले, तां इत्थे केस पढ़ के सुनाया हुसन लाल ने। हुसन लाल प्रिंसिपल सेक्रेटरी साहब ने, हुसन लाल ने पढ़ के सुनाया जी पेपर, हाँ भी आ केस है जी। चन्नी साहब कहिंदे भी काम तो बन सकता है थोड़ा, कहिंदे भी फिर करो जी सर, कहिंदे भी नौकरी तो बनती है तो अगली कैबिनेट असीं लै आवांगे। इत्थों मोड़ आउंदा इक वड्डा, फिर उन्होंने की कहा जी, वो कहिंदे भी दसो जसिंदर आराम नाल बोलदे आराम नाल, वो कहिंदे भी लीजी वाला है ते किनू मिलो इधरों आराम नाल बोल। मैनू कहा गया भी आप मेरा नाम ले, पहले तो बुलाया गया जी, एक मिनट बाजवा साहब प्लीज सुन लो, सारा जी आउंदा है मेरा नाम लेके बोलिया गया अंदरों भी इत्थे करके कौन है, मैं हाथ खड़ा किया तो फिर मैं बाहर ले जा गया, बाकी दसूंगे सीएम साहब नूं मैं सारा। कि भतीजे नूं मिलो, हाँ जी सर गड्डी जो नहीं कहते मेरे भतीजे नूं मिल लो तो काम बन जूगा, तो भतीजे ने कागज देखे, भतीजा सी कौन ना सी उहदा जशन, शायद जशन, जशन जशन सी शायद नाम दा, वो कहिंदा भी थोड़ा काम बन जूगा। आई सी कि आई कह सी बिट्टू जी, आई कह सी भी इन्ने लगनगे। ਇਹਨਾਂ ਨੂੰ ਹੋਰ ਚਾਹ ਚੜ ਗਿਆ, ਇਹ ਤਾਂ ਕਹਿੰਦੇ ਜੀ ਹੁਣ ਲੈ ਆਉਣੇ ਤਾਂ ਇੱਥੋਂ 10-20 ਕਿਲੋਮੀਟਰ ਤਾਂ ਪਿੰਡ ਹੈ। ਕਹਿੰਦੇ ਨਹੀਂ 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 ਕੋਈ ਨਹੀਂ ਤੁਸੀਂ ਟਾਈਮ ਲੈ ਲਓ, ਪਰਸੋਂ ਨੂੰ ਮੀਟਿੰਗ ਹੋਊਗੀ, ਫਿਰ ਕੈਬਨਿਟ ਦੀ ਨੈਕਸਟ ਮੀਟਿੰਗ ਪਰਸੋਂ, ਕੈਬਨਿਟ ਦੀ ਨੈਕਸਟ ਮੀਟਿੰਗ ਪਰਸੋਂ, ਉਦੋਂ ਤੱਕ ਤੁਸੀਂ ਅਰੇਂਜ ਕਰ ਲਓ।
ਇਹ ਕਹਿੰਦੇ ਵੀ ਤਾਂ ਗੱਲ ਹੀ ਕੋਈ ਨਹੀਂ ਸੀ, ਚਲੋ ਕੋਈ ਨਹੀਂ ਪਰਸੋਂ ਨੂੰ ਮਿਲ ਲਾਂਗੇ। ਪਰਸੋਂ ਨੂੰ ਆ ਗਏ ਜੀ, ਤਾਂ ਉੱਥੇ ਉਹਨਾਂ ਦਾ ਜਿਹੜਾ ਭਤੀਜਾ ਸੀਗਾ ਉਹ ਕਹਿੰਦਾ ਆਓ ਜੀ ਫਿਰ ਗੱਡੀ ਚੱਲੀਏ, ਤੁਹਾਡੀ ਨੌਕਰੀ ਦਾ ਟਾਈਮ ਆ ਗਿਆ ਗੱਡੀ। ਇਹ ਕਹਿੰਦੇ ਗੱਡੀ ਤਾਂ ਬਹੁਤ ਦੂਰ ਖੜ੍ਹੀ ਹੈ ਇਹ ਸੀ ਨਾ, ਵੀ ਕਹਿੰਦੇ ਹਿਸਾਬ ਕਿਤਾਬ ਫਿਰ ਕਿਤੇ ਕਰਾਂਗੇ, ਕਹਿੰਦੇ ਇੱਥੇ ਕਰ ਲੈਂਦੇ ਹਾਂ, ਐਡੀ ਕੁ ਦੂਰ ਕਿਤੇ ਜਾਣਾ। ਕਹਿੰਦੇ ਨਹੀਂ ਫਿਰ ਜਿਹੜਾ ਹਿਸਾਬ ਕਿਤਾਬ ਹੈ, ਕਹਿੰਦੇ ਮੇਰੀ ਜੇਬ 'ਚ ਹੀ ਹੈ। ਉਹ ਹੈਰਾਨ ਹੋ ਗਿਆ ਵੀ ਐਂ ਵਾਲਾ ਕਿਤੇ ਜੇਬ 'ਚ ਹੀ ਆ ਜਾਂਦਾ ਹੁੰਦਾ, ਇਹ ਕਹਿੰਦੇ ਮੇਰੀ ਜੇਬ 'ਚ ਹੀ ਹੈ। ਜਦੋਂ ਇਹਨਾਂ ਨੇ ਦਿਖਾਇਆ ਆਮ ਸਧਾਰਨ ਘਰਾਂ ਲਈ ਤਾਂ ਜੀ ਉਹ ਵੀ ਬਹੁਤ ਜ਼ਿਆਦਾ ਹੈ, ਇੱਥੇ ਲੋਕ ਠੀਕਰੀਆਂ ਨਹੀਂ ਗਿਣਦੇ ਇੰਨੀਆਂ ਜਿੰਨੀਆਂ ਉਹ ਕਹਿੰਦੇ ਸੀ, ਇੰਨਾ ਕੁਛ ਵੀ ਨਹੀਂ ਹੁੰਦਾ। ਤਾਂ ਇਹਨਾਂ ਨੇ ਜਦੋਂ ਦਿਖਾਇਆ ਉਹ ਕਹਿੰਦੇ ਵੀ ਖੜ ਜਾਓ ਇੱਥੇ। ਉਸ ਤੋਂ ਬਾਅਦ ਉਹਨਾਂ ਨੇ ਅੰਦਰ ਸੀ ਐਮ ਸਾਹਿਬ ਨੂੰ ਦੱਸਿਆ, ਚੰਨੀ ਸਾਹਿਬ ਨੂੰ। ਚੰਨੀ ਸਾਹਿਬ ਬਾਹਰ ਆ ਕੇ ਇਹਨਾਂ ਨੂੰ ਕਹਿੰਦੇ ਨੇ ਕਿ ਤੁਹਾਡਾ ਮੁੰਡਾ ਓਲੰਪਿਕ ਇੱਥੇ ਮੈਂ ਅਸੀਂ ਖੜ੍ਹੇ ਸੀ, ਕਾਫੀ ਹੋਰ ਖੜ੍ਹੇ ਸੀ ਮੇਰੇ ਦੋ ਤਿੰਨ ਦੋਸਤ ਵੀ ਆਏ ਹੋਏ ਵੀ ਨਾਲ ਖੜ੍ਹੇ ਸੀਗੇ ਇੱਥੇ, ਬਾਹਰੋਂ ਆਏ ਇੱਕੋਦਮ ਵੀ ਤੇਰਾ ਮੁੰਡਾ ਬਹੁਤ ਓਲੰਪਿਕ ਖੇਡਿਆ, ਵੀ ਗੋਲਡ ਮੈਡਲ ਜਿੱਤਿਆ ਖੇਡਿਆ, ਤੈਨੂੰ ਮੈਂ ਨੌਕਰੀ ਦੇ ਦਵਾਂ, ਮਤਲਬ ਨੌ ਕਾਫੀ ਕੁਛ ਬੋਲੇ ਹੋ। ਅਸੀਂ ਠੰਡੇ ਹੋ ਗਏ ਮੈਂ ਇਸ ਚੀਜ਼ 'ਤੇ। ਚੰਨੀ ਸਾਹਿਬ ਨੇ ਇਸ ਜਗ੍ਹਾ 'ਤੇ, ਅਤੇ ਇਲਾਕੇ ਦੇ ਜਿਹੜੇ ਸਾਡੇ ਐੱਮ ਐੱਲ ਏ ਸੀ ਉਹ ਵੀ ਕੋਲ ਖੜ੍ਹੇ ਸੀ, ਬਲਵੀਰ ਸਿੰਘ ਸਿੱਧੂ। ਤੁਸੀਂ ਸਾਰੇ ਜਿਹੜੇ ਉਹਨਾਂ ਨੂੰ ਪੁੱਛ ਲਓ ਕਿ ਇਹ ਘਟਨਾ ਹੋਈ ਸੀ ਜਾਂ ਨਹੀਂ ਹੋਈ ਸੀ, ਉਹ ਨਾਲ ਸੀ ਉਦੋਂ ਜਦੋਂ ਉੱਠ ਕੇ ਆਏ ਬਾਹਰ। ਦੇਖੋ ਮੈਂ ਸੀ ਐੱਮ ਸਾਹਿਬ ਨੇ ਸਾਰਾ ਕੁਛ ਦੱਸਤਾ, ਹਾਂਜੀ ਉਹ ਦੱਸਤਾ ਜੋ ਜਸ਼ਨ ਨੇ ਕਹਿ ਦਿਓ ਇਹ 2 ਲੱਖ ਲੈ ਕੇ ਆ ਗਏ। ਇਹ ਕੱਲ੍ਹ ਉਦੋਂ ਕਿਸੇ ਨੂੰ ਡਿਸਕਲੋਜ਼ ਤਾਂ ਨਹੀਂ ਕੀਤੀ ਵੀ ਉਹ ਸਾਡੇ ਲਈ, ਤਾਂ ਦੇਖੋ ਜੀ 3 ਸਾਲਾਂ ਤੋਂ ਘੱਸ ਰਹੇ ਸੀਗੇ ਵੀ ਆਹ ਕੀ ਚੀਜ਼ ਹੈ, 2 ਸਾਲਾਂ ਤੋਂ ਲਗਾਤਾਰ ਤੁਹਾਨੂੰ ਡਿਜ਼ਰਵ ਕਰਦੀ ਹੈ ਜੀ ਪੀਪੀਐਸ ਜਿਹੜੀ ਮੈਂ ਹੁਣ ਦੇਊਂਗਾ। ਪੋਸਟ ਤਾਂ ਉਹੀ ਹੈ ਨਾ ਜੀ ਪੀਪੀਐਸਸੀ ਲਈ, ਸਪੋਰਟਸ ਕੋਟੇ ਚੋਂ ਪੀਪੀਐਸਸੀ ਦਾ ਜਿਹੜਾ ਕਲੀਅਰਡ ਹੈ ਉਹਨੂੰ ਜਿਹੜੀਆਂ ਪੋਸਟਾਂ ਮਿਲਣਗੀਆਂ ਅਸੀਂ ਸਪੋਰਟਸ ਡਿਪਾਰਟਮੈਂਟ ਅਤੇ ਹੋਮ ਡਿਪਾਰਟਮੈਂਟ ਨਾਲ ਗੱਲ ਕਰਾਂਗੇ, ਅਸੀਂ ਤਾਂ ਦੇਵਾਂਗੇ। ਪਰ 3.5 ਸਾਲ ਹੋ ਗਏ ਜੀ ਕਿ ਆਹ ਚੀਜ਼ ਸਾਡੇ ਜ਼ਿੰਦਗੀਆਂ ਬਰਬਾਦ ਕਰ ਦੇਊਗੀ। ਚੰਨੀ ਸਾਹਿਬ ਨੇ ਜਾ ਕੇ ਸਹੁੰ ਖਾਧੀ ਸੀ ਹੁਣ ਵੀ ਪਲੇਅਰ ਪੇਸ਼ ਕਰੋ, ਆਹ ਲਓ ਜੀ ਪਲੇਅਰ। ਅਸੀਂ ਝੂਠ ਬੋਲਦੇ ਨੇ, ਇਹ ਪਰਿਵਾਰ ਭਗਤਾਂ ਦਾ ਪਰਿਵਾਰ ਮੰਨਿਆ ਜਾਂਦਾ, ਇਹ ਪਿੰਡਾਂ 'ਚ ਇਹਨਾਂ ਨੂੰ ਕਹਿੰਦੇ ਨੇ ਭਗਤ ਦਾ ਪਰਿਵਾਰ, ਰੱਬ ਨੂੰ ਮੰਨਣ ਵਾਲੇ ਸੇਵਾ ਕਰਨ ਵਾਲੇ ਲੋਕ ਨੇ, ਦੋਹੇ ਟਾਈਮ ਸਰਬੱਤ ਦਾ ਭਲਾ ਮੰਗਣ ਵਾਲਾ ਪਰਿਵਾਰ ਹੈ। ਇਹਨਾਂ ਨੂੰ ਕੀ ਪਤਾ ਸੀਗਾ ਵੀ ਇਹਦਾ ਮਤਲਬ ਕੋਈ ਹੋਰ ਹੁੰਦਾ। ਉਹ ਕਹਿੰਦਾ ਵੀ ਇਹਦਾ ਮਤਲਬ 2 ਕਰੋੜ ਸੀਗਾ, ਗੱਡੀ ਚੱਕ ਕੇ ਸਾਫ਼ ਹੋਊ, ਇਹ ਕਹਿੰਦੇ ਮੇਰੀ ਜੇਬ 'ਚ ਹੈ। ਉਹ ਕਹਿੰਦੇ ਜੇਬ 'ਚ ਆ ਹੀ ਨਹੀਂ ਸਕਦਾ ਜਿਹੜਾ ਅਸੀਂ ਚਾਹੁੰਦੇ ਹਾਂ, ਠੀਕ ਹੈ ਜੀ। ਜਸ਼ਨ ਨਾਂ ਦਾ ਭਤੀਜਾ ਕੋਈ ਹੋਊਗਾ, ਚੰਨੀ ਸਾਹਿਬ ਨੂੰ ਮੈਂ ਫਿਰ ਮੌਕਾ ਦੇ ਦਿੰਦਾ, ਜਸ਼ਨ ਬਾਰੇ ਪੁੱਛ ਲਿਆ ਹੁਣ ਕੌਣ ਹੈ। ਹਾਲਾਂਕਿ ਚੰਨੀ ਸਾਹਿਬ ਨੇ ਕਿਹਾ ਮੈਂ ਸਾਰੇ ਰਿਸ਼ਤੇਦਾਰਾਂ ਨੂੰ ਪੁੱਛ ਲਿਆ, ਇਹਦਾ ਮਤਲਬ ਕੰਮ ਕਰਦੇ ਸੀ ਉਹ ਨਾ, ਪੁੱਛਣ ਦੀ ਲੋੜ ਕਿਵੇਂ ਪੈ ਜਾਏ ਜੇ ਕੋਈ ਇਹੋ ਜਿਹੀ ਹਿੰਮਤ ਕੀ ਨਹੀਂ ਪੈ ਜਾਵੇ ਵੀ ਮੈਂ ਆਪ ਹੀ ਦੇਵੇ ਜਵਾਬ ਕਿ ਕਿਸੇ ਰਿਸ਼ਤੇਦਾਰ ਦੀ ਹਿੰਮਤ ਨਹੀਂ ਪੈ ਸਕਦੀ। ਕਹਿੰਦੇ ਮੈਂ ਪੁੱਛ ਲਿਆ ਸਾਰਿਆਂ ਨੇ ਵੀ ਤਾਂ ਤੁਸੀਂ ਤਾਂ ਨਹੀਂ ਸੀ ਕਿਤੇ ਪਲੇਅਰ ਵਾਲੇ ਮਾਮਲੇ 'ਚ, ਇਹਦਾ ਮਤਲਬ ਹੋਰ ਮਾਮਲੇ ਤਾਂ ਹੋਣਗੇ ਉਹ। ਸੋ ਮੈਂ ਸੱਚ ਬੋਲਦਾ ਜੀ, ਮੈਂ ਕੋਈ ਮਾਫੀਆ ਨਹੀਂ ਕ੍ਰੀਏਟ ਕਰਨਾ, ਨਾ ਹੀ ਮੇਰਾ ਇਹਨਾਂ ਨਾਲ ਕੋਈ ਪੁਰਾਣਾ ਕੋਈ ਮੇਰੇ ਇਹਨਾਂ ਨਾਲ ਮੁਰਗੀ ਖਾਨੇ ਸਾਂਝੇ ਨੇ। ਮੈਨੂੰ ਤਾਂ ਪਲੇਅਰ ਕਿੱਥੇ ਮਿਲੇ ਸੀਗੇ ਜਸਿੰਦਰ? 19 ਤਰੀਕ ਨੂੰ ਅਸੀਂ ਜਿੱਥੇ ਸਾਡੀ ਸਟੇਅ ਸੀਗੀ ਟੀਮ ਦੀ, ਰੈਡੀਸਨ ਬਲੂ ਹੋਟਲ ਸੀਗਾ, ਉੱਥੇ ਸਰ ਜਾਣ ਲੱਗੇ ਸੀਗੇ। ਮੈਂ ਕਾਫੀ ਦੂਰ ਖੜ੍ਹਾ ਸੀਗਾ ਅਤੇ ਸਰ ਬਹਿ ਗਏ ਸੀਗੇ ਗੱਡੀ 'ਚ, ਅਤੇ ਮੈਂ ਇਸ਼ਾਰਾ ਕੀਤਾ ਸੀਗਾ, ਮਤਲਬ ਐਗਜੈਕਟਲੀ ਇੱਦਾਂ ਕੀਤਾ ਸੀਗਾ, ਅਤੇ ਸਰ ਭੱਜ ਕੇ ਆ ਗਏ ਇਕੱਲੇ ਹੀ। ਅਤੇ ਉਦੋਂ ਮੈਂ ਸਰ ਤੋਂ ਕਿਹਾ ਕਿ ਸਰ 2-4 ਮਿੰਟ ਚਾਹੀਦੇ ਸੀਗੇ ਤੁਹਾਡੇ, ਮੈਂ ਬੇਨਤੀ ਕਰਨੀ ਸੀਗੀ ਇੱਕ। ਅਤੇ ਫਿਰ ਉਦੋਂ ਸਾਰਾ ਦੱਸਿਆ, ਅਤੇ ਜੋ ਸਰ ਨੇ ਕਿਹਾ ਮੈਂ ਉਵੇਂ ਹੀ ਦੱਸਿਆ ਸੀ ਸਰ ਨੇ ਅੱਗੇ ਰੱਖਿਆ। ਇਸ ਦੌਰ ਦੇ ਵਿੱਚ ਚੰਨੀ ਹੋਣਾ ਨੇ ਜਾਂ ਜਿਹਨਾਂ 'ਤੇ ਐਲੀਗੇਸ਼ਨ ਲਾਏ ਸੀ, ਕਿਸੇ ਨੇ ਅਪਰੋਚ ਕੀਤਾ ਤੁਹਾਨੂੰ? ਸ਼ਾਇਦ ਉਹਨਾਂ ਨੂੰ ਵੀ ਜਾਣਕਾਰੀ ਹੋਵੇ ਕਿਸੇ ਨੇ ਕੀਤਾ ਸੀ। ਜਰਨਲਿਸਟਾਂ ਦੇ ਫੋਨ ਆਉਂਦੇ ਰਹੇ, ਅਨਨੋਨ ਆਉਂਦੇ ਰਹੇ, ਜਿਹਨਾਂ 'ਚੋਂ ਖੜੇ ਵੀ ਆ ਵਿੱਚ, ਤੁਸੀਂ ਕੋਈ ਚੈਨਲ ਵਾਲੇ ਵੀ ਖੜੇ ਆ ਵਿੱਚ, ਮੈਂ ਦੇਖ ਰਿਹਾ ਵਿੱਚ। ਉਹ ਕਾਨੂੰਨੀ ਕਾਰਵਾਈ ਹੈ, ਕੋਈ ਕਿਸੇ ਵੀ ਮਾਮਲੇ 'ਚ ਨੌਕਰੀ ਦੇਣੀ ਹੈ ਜੀ ਉਹ ਬੰਦਾ। ਅੱਛਾ ਮੈਂ ਉਹੀ ਨਹੀਂ ਕਹਿੰਦਾ ਜੀ, ਹੁਣ ਮੈਂ ਆਹ ਦਿਖਾਊਂਗਾ ਨਾ, ਤੁਸੀਂ ਗ੍ਰਹਿ ਵਿਭਾਗ ਦੀਆਂ ਚਿੱਠੀਆਂ ਦੇਖੋ ਜਿਹਦੇ ਵਿੱਚ ਪੁਲਿਸ ਅਤੇ ਹੋਮ ਡਿਪਾਰਟਮੈਂਟ ਵੀ ਕਹਿੰਦਾ ਕਿ ਸਿੱਧੀ ਭਰਤੀ ਲਈ 3% ਕੋਟਾ ਜਿਹੜਾ ਨੈਕਸਟ ਭਰਤੀ ਦੇ ਵਿੱਚ ਤੁਸੀਂ ਐਲੀਜੀਬਲ। ਫਾਈਲ ਸਾਡੀ ਚੱਲ ਪਈ ਸੀ, ਸਾਰੇ ਕਾਗਜ਼ ਪਏ ਨੇ ਇਹਨਾਂ ਕੋਲ, ਸਾਰੇ ਕਾਗਜ਼ ਤੋਰ ਲਈ ਸੀ ਉਹਨਾਂ ਨੇ, ਫਾਈਲ ਤੁਰ ਪਈ ਸੀ, ਡਾਕੂਮੈਂਟਸ ਨੇ, ਹੋਮ ਮਿਨਿਸਟਰੀ ਦੇ ਡਾਕੂਮੈਂਟਸ, ਗ੍ਰਹਿ ਮੰਤਰਾਲੇ ਦੇ ਡਾਕੂਮੈਂਟਸ ਨੇ ਕਿ ਤੁਹਾਨੂੰ। ਫਿਰ ਉਹਨਾਂ ਨੇ ਨਹੀਂ ਕਾਰਵਾਈ ਕੀਤੀ, ਉਹਨਾਂ ਨੂੰ ਰਿਮਾਈਂਡਰ ਵੀ ਕਿਹਾ ਕਿ ਕੰਮ ਕਰੋ, ਪਰ ਇੱਥੇ ਪੰਗਾ ਪੈ ਗਿਆ। ਪੈਸੇ ਨਾਲ
देखो ये जो सामने बैठे हैं रिटर्न नहीं होंगे जो टीवी पर आके इन्होंने दसता मैं थोड़े सामने एक बार तस्दीक करा दिना कि जो मैं बोलिया जसिंदर तो उन्होंने पिता जी बैठे जो मैं बोलिया कोई अमेंडमेंट या कुछ गलत गल कही है जो सीएम साहब ने बोलिया इन बिन साड़ी आवाज बोली वो तो जी साडा काम है ना वो तो साडा काम है पर नॉट ओनली कार्रवाई डिजर्विंग प्लेयर नू नौकरी क्यों नहीं मिली ये वास्ते अफसर हालांकि अफसर तो दसिया इन्होंने कोई उन्होंने तो पढ़ के सुनाता से एलिजिबल केस है जी प्रॉब्लम अफसर की नहीं होंगी अफसर तो जो कहूगा वो कर देंगे ने प्रॉब्लम इतने भतीजे भाणजे जवाई भाई साले है ना उन्होंने पंगा पैदा हूँ वो कंस्टीट्यूशन पोस्ट से कहने वाले को पोस्ट दिती गई ना उन्होंने पहली गल तो जे नौकरी देनी सी एलिजिबल है भाई लिया भाई हुसन लाल जी रिकमेंड करो अगली कैबिनेट च लैके खत्म करो मामले उन्हें उधर क्यों भेजा भी वो उधर मिल ला तो फिर उन्हें जिस दिन मिले तीजे दिन वो कहा कि गड्डी जाने वो की कहें इत ही कर लें आप साहब वो तो मेरी जेब च ही है थोड़ा क्लीयर कर दो सीएम साहब एफ आई आर चन्नी ते हो ते भतीजे दे नाल हो या दोनों दे हो तुसी तो हुण जेल भी क्लीयर कराउण फिरदे हो थोड़ा टाइम तो दो ना हुण पहला हाँ तो क्लीयर करता ना तुसी कहिंदे सी आऊगा प्लेयर या नहीं काउंटडाउन शुरू 27 मिनट 29 सेकंड रह गए इदां नहीं करीदा हुंदा काल ही नहीं करीदी हुंदी मैं पहला भी कहना आराम नाल अंदर जाणगे सारे जाणगे पर मैं अपने वल्लों 31 मई 2 बजे का टाइम तां दित्ता सी हो सकदा चन्नी साहब नूं अहसास हो जाए कितने ऐ कह दें हाँ यार भीड़ च मैथों कितने कहा गया होना पर जाके सहु चुक ली कतलगढ़ साहब तो जे माफ़ी मंगनी है मैं नहीं है मैं कौन माफ़ करना माफ़ी उतों ही मंगो गुरु के दर चो माफ़ी उतों ही मंगो बड़े साहब चाहे धरती तो जिते तुम जाके सहु चुकी है कि मैं किसी खिडारी नहीं मिलया एक मिनट मैं किसी खिडारी ने जो बाप को नहीं मिलया जी थोन कौन लगता है जी हाँ है अज पुछो सारे जड़े तुम है कि नहीं पुछो तुम मीडिया पुछो बलबीर सिद्धू ने पूछा है और तरीक भी दस दिने की उस दिन भी की करना आए आराम जिला सिविल हस्पताल साहबजाद अजीत सिंह नगर का नींह पत्थर साहबजाद चरणजीत सिंह चन्नी माननीय मुख्यमंत्री पंजाब जी वालों श्री ओ पी सोनी लॉ माननीय उप मुख्यमंत्री पंजाब के सरदार बलबीर सिंह सिद्धू MLA SAS नगर की हाजरी च मिति 9/11/2021 अपने घर कमलों में किया गया है ये उत्थे की फोटो है जी सोनी साहब की भी नाल ही है सिद्धू ने तो जवाब ही देता कहिंदा मेथों तो होना नहीं काम ये भी दस देने बलबीर सिद्धू ने कहता भरावा इधर ही सीधा कर लो इन्हां दे रेट होर सिद्धू साहब ने हाथ खड़े करते जो आए मतलब उन्होंने पता नहीं लगे जो मेरे नॉनसेंस टॉक किया उन्होंने आके वो भी आके एक मिनट जी वो भी हैरान हो गए भी ये होया की है कोरीडोर दे विच आके उत्थे सामने दो कमरे जिहड़े हैगे उहदे इत्थे आए सीगे जी तुसीं इन्हां दी भी शूटिंग करदे इत्थे घटना वाली स्थान भी दिखा दिओ थैंक यू वेरी मच असीं प्रोसैस स्पोर्ट्स डिपार्टमेंट ते होम डिपार्टमेंट दे विच जिहड़ी एलिजिबिलिटी है वो जो सारे टेस्ट ने वो ऑलरेडी गवर्नमेंट वालों क्लीयर किया हो असी उन्हें चैक करके नॉट ओनली हिम जिन्ने भी स्पोर्ट्स परसन फ्यूचर च ने जिन्होंने देश में या पंजाब में रिप्रजेंट किया असी नौकरी देंगे।